ਲੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਰਬੀ ਦੀਆਂ ਸੰਗਤਾਂ ਵੱਲੋਂ ਅਸੀਂ ਸਵਾਗਤ ਕਰਦੇ ਹਾਂ ਦਲੇਰ ਕੌਰ ਜੀ, ਜਿਹੜੇ ਕਿ ਉੱਥੇ ਆਪਣਾ ਜਥਾ ਚਲਾਉਂਦੇ ਨੇ ਢਾਡੀ ਵਾਰਾਂ ਦਾ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਪਿਤਾ ਜੀ ਸੁਰਜੀਤ ਸਿੰਘ ਜੀ ਪੰਡੋਰੀ, ਜਿਹੜੇ ਅੱਜ ਸਾਡੇ ਵਿੱਚ ਮੌਜੂਦ ਨੇ, ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ 'ਤੇ ਗਰਾਊਂਡ ਲੈਵਲ 'ਤੇ ਸੇਵਾ ਕਰ ਰਹੇ ਨੇ। ਔਰ ਇਹਨਾਂ ਦੀਆਂ ਸੇਵਾਵਾਂ ਵੇਖ ਕੇ ਅਸੀਂ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਵੀ ਜੇ ਮਾਈ ਭਾਗੋ ਨਾ ਹੁੰਦੇ ਤਾਂ ਅੱਜ 40 ਮੁਕਤੀਆਂ ਦਾ ਉਹ ਲਾਸਾਨੀ ਇਤਿਹਾਸ ਨਹੀਂ ਸੀ ਸਿਰਜਿਆ ਜਾਣਾ। ਸੋ ਅਸੀਂ ਬੇਨਤੀ ਕਰਦੇ ਹਾਂ ਮਾਵਾਂ ਨੂੰ, ਭੈਣਾਂ ਨੂੰ, ਖਾਸ ਕਰ ਪੰਜਾਬ ਦੀ ਧਰਤੀ 'ਤੇ ਵਿਦੇਸ਼ਾਂ ਦੇ ਵਿੱਚ ਵੀ, ਕਿ ਸਾਨੂੰ ਦਲੇਰ ਕੌਰ ਵਰਗੇ ਰੋਲ ਮਾਡਲਾਂ ਤੋਂ ਅੱਜ ਸਿੱਖਣ ਦੀ ਲੋੜ ਹੈ। ਜੇ ਅਸੀਂ ਇਸ ਪੀੜ੍ਹੀ ਨੇ ਇਤਿਹਾਸ ਸਾਂਭਲਿਆ, ਔਰ ਖਾਸ ਕਰਕੇ ਜਿਹੜੀਆਂ ਸਾਡੀ ਕੌਮ ਦੀਆਂ ਬੀਬੀਆਂ ਨੇ, ਜੇ ਇਹਨਾਂ ਵਕਨ ਹਰ ਘਰ ਦੇ ਵਿੱਚ ਇੱਕ ਪ੍ਰਚਾਰਕ ਹੋਵੇ ਔਰ ਸਟੇਜਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਜੋਸ਼ੋ ਖਰੋਸ਼, ਜਿਸ ਤਰੀਕੇ ਦੇ ਨਾਲ ਪੰਥ ਦੀ ਸੇਵਾ ਕਰਦੇ ਨੇ, ਜੇ ਇਸੇ ਤਰੀਕੇ ਨਾਲ ਕਰਦੇ ਰਹਿਣ, ਤਾਂ ਉਹ ਦਿਨ ਦੂਰ ਨਹੀਂ ਜਦੋਂ ਖਾਲਸਾ ਹਲੀਮੀ ਰਾਜ ਜਿਹੜਾ ਉਹ ਸਿਰਜਿਆ ਜਾਏਗਾ। ਔਰ ਅਸੀਂ ਇਹਨਾਂ ਦੇ ਜਥੇ ਨੂੰ ਬੇਨਤੀ ਵੀ ਕਰਦੇ ਹਾਂ ਕਿ ਪੰਥ ਨੂੰ ਇਕੱਠਾ ਕਰਨ ਵਾਸਤੇ ਇਹ ਸਹਾਈ ਹੋਣ, ਇੱਦਾਂ ਦਾ ਪ੍ਰਚਾਰ ਸਦਾ ਕਰਦੇ ਰਹਿਣ ਜਿਸ ਦੇ ਨਾਲ ਸੰਗਤਾਂ ਨੂੰ ਜਿਹੜਾ ਉਹ ਆਪਣੇ ਇਤਿਹਾਸ ਬਾਰੇ ਜਾਣੂ ਹੋ ਸਕਣ। ਮਿਊਜ਼ੀਅਮ ਅਸੀਂ ਅੱਜ ਇਹਨਾਂ ਨੂੰ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ ਵਿਖੇ ਅਸੀਂ ਸੰਬੋਧਨ ਕੀਤਾ ਔਰ ਇਹਨਾਂ ਨੂੰ ਸਨਮਾਨਿਤ ਵੀ ਕੀਤਾ। ਔਰ ਅਸੀਂ ਸਦਾ ਹੀ ਇਹਨਾਂ ਦੇ ਪਰਿਵਾਰ ਔਰ ਇਹਨਾਂ ਦੇ ਜਥੇ ਦੇ ਜਿਹੜਾ ਕੌਮ ਦੇ ਵਿੱਚ ਜੋ ਇਹਨਾਂ ਦੀ ਸੇਵਾ ਉਸ ਦੇ ਦੇਣਦਾਰ ਅਸੀਂ ਰਹਾਂਗੇ ਔਰ ਇਹਨਾਂ ਨੂੰ ਅੱਗੇ ਵੀ ਇਸੇ ਤਰੀਕੇ ਨਾਲ ਗੁਰੂ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਔਰ ਪੰਥ ਦੀ ਸੇਵਾ ਨਿਰੰਤਰ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਪਿੱਛੇ ਮਿਊਜ਼ੀਅਮ ਦੇਖ ਹੀ ਰਹੇ ਹੋ, ਬੜਾ ਮਨ ਖੁਸ਼ ਹੋਇਆ ਕਿ ਇੱਥੋਂ ਦੀਆਂ ਸਰਕਾਰਾਂ ਨੇ ਅਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਜੋ ਸਾਡੇ ਯੋਧੇ ਹੋਏ ਆ ਕੌਮ ਦੇ, ਉਹਨਾਂ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ, ਕਿਵੇਂ ਜੰਗ ਵਿੱਚ ਜਾਂਦੇ ਸੀ, ਸਾਰੇ ਪੁਰਾਤਨ ਸ਼ਸਤਰ ਉਹਨਾਂ ਦੇ ਇੱਥੇ ਸਾਂਭੇ ਪਏ ਹੈ। ਅਤੇ ਇੱਥੇ ਮੈਂ ਇਹੀ ਬੇਨਤੀ ਕਰਾਂਗੀ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ, ਜਿਹੜੇ ਸਾਡੇ ਪੰਜਾਬ ਦੀਆਂ ਪ੍ਰਬੰਧਕ ਕਮੇਟੀਆਂ, ਇਹੀ ਬੇਨਤੀ ਕਰਾਂਗੀ ਕਿ ਜੇ ਬਾਹਰਲੇ ਦੇਸ਼ਾਂ ਵਿੱਚ ਸਾਡੀਆਂ ਪੁਰਾਤਨ ਚੀਜ਼ਾਂ ਨੂੰ ਸੰਭਾਲਿਆ ਜਾਂਦਾ ਸਾਡੇ ਇਤਿਹਾਸ ਨੂੰ, ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਯਾਦ ਰਹੇ ਕਿ ਸਾਡੇ ਵੱਡ ਵਡੇਰਿਆਂ ਨੇ ਸਾਡੀ ਖਾਤਰ ਕੀ ਕੀਤਾ, ਧੰਨ ਭਾਗ ਹੈ ਸਾਡੇ ਕਿੱਥੇ ਆ ਕੇ ਦਰਸ਼ਨ ਕੀਤੇ ਹੈ ਆਪਣੀ ਕੌਮ ਦੇ ਯੋਧਿਆਂ ਦੀਆਂ ਨਿਸ਼ਾਨੀਆਂ ਦੀਆਂ। ਅਤੇ ਮੈਂ ਇਹੀ ਬੇਨਤੀ ਕਰਾਂਗੀ ਜਿਹੜੇ ਸਾਡੇ ਪੁਰਾਤਨ ਸ਼ਸਤਰ ਹੈ, ਸਾਡੀਆਂ ਪੁਰਾਤਨ ਇਤਿਹਾਸਿਕ ਜਗ੍ਹਾ ਹੈ, ਉਹਨਾਂ ਨੂੰ ਅਸੀਂ ਬਚਾ ਕੇ ਰੱਖੀਏ। ਜ਼ਰੂਰੀ ਨਹੀਂ ਕਿ ਪੂਰੀਆਂ ਬਿਲਡਿੰਗਾਂ ਉਸਾਰਨ ਦੇ ਨਾਲ ਅਸੀਂ ਪੁਰਾਣੀਆਂ ਨਿਸ਼ਾਨੀਆਂ ਨੂੰ ਹਟਾਈ ਜਾਣਾ। ਇੰਨੀਆਂ ਕੁ ਬੇਨਤੀਆਂ ਕਰਾਂਗੀ, ਜਿਹੜੀਆਂ ਪੁਰਾਣਾ ਸਾਡਾ ਵਿਰਸਾ ਹੈ ਇਹਨੂੰ ਸੰਭਾਲ ਕੇ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਟੈਸਟ ਨਿਊਜ਼ ਅਪਡੇਟਸ ਲਈ ਪੰਜਾਬ ਟਾਈਮਸ ਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ।